ਪਰਮੇਸ਼ਰ ਦੇ ਵਚਨ ਦੇ ਵਿੱਚੋਂ ਚੰਦ ਸ਼ਬਦ ਸਿੱਖਾਂਗੇ ਪੜਾਂਗੇ ਅਰਸੂਲਾਂ ਦੇ ਕਿਤਾਬ 1 ਬਾਬ ਉਹਦੀ 8 ਆਏ ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਔਰ ਸਾਰੇ ਯਹੂਦੀਆਂ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕ ਮੇਰੇ ਗਵਾਹ ਹੋਵੋਗੇ ਹਾਂਜੀ ਹਿੰਦੀ ਦੇ ਵਿੱਚ ਵੀ ਹਾਲੇਲੂਇਆ ਇੱਥੇ ਇੱਕ ਜਣਾ ਅੱਗੇ ਆ ਜਾਓ ਹਿੰਦੀ 'ਚ ਪੜ੍ਹਨ ਵਾਲਾ ਮਾਈਕ ਦੇ ਵਿੱਚ ਪੜ੍ਹ ਦਿੱਤਾ ਜਾਵੇ ਪ੍ਰੇਰਿਤੋ ਕੇ ਕਾਮ ਚੈਪਟਰ 1 ਵਰਸ 8 ਪਰੰਤੂ ਜਬ ਅਰਸੂਲਾ ਦੇ ਕਿਤਾਬ ਪ੍ਰੇਰਿਤੋ ਕੇ ਕਾਮ 1 ਦੀ 8 ਹਾਂਜੀ ਪਰੰਤੂ ਜਬ ਪਵਿੱਤਰ ਆਤਮਾ ਤੁਮ ਪਰ ਆਏਗਾ ਤਬ ਤੁਮ ਸਮਰਥ ਪਾਓਗੇ ਔਰ ਯਰੂਸ਼ਲਮ ਔਰ ਸਾਰੀ ਯਹੂਦੀਆ ਔਰ ਸਾਮਰੀਆ ਮੇ ਔਰ ਪ੍ਰਿਥਵੀ ਕੀ ਛੋੜ ਤੱਕ ਮੇਰੇ ਗਵਾਹ ਹੋਗੇ ਅਰਸੂਲਾ ਦੇ ਕਿਤਾਬ ਪ੍ਰੇਰਿਤੋ ਕੇ ਕਾਮ 2 ਬਾਬ ਉਹਦੀ 4 ਆਏ ਥਾਂ ਜੀ ਪੰਜਾਬੀ ਹਿੰਦੀ ਦੋਨਾਂ ਦੇ ਵਿੱਚ ਹੀ ਤਦ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ ਔਰ ਵੇ ਸਭ ਪਵਿੱਤਰ ਆਤਮਾ ਸੇ ਭਰ ਗਏ ਔਰ ਜਿਸ ਪ੍ਰਕਾਰ ਆਤਮਾ ਨੇ ਉਹਨੇ ਬੋਲਣੇ ਕੀ ਸਮਰਥ ਦੀ ਵੇ ਅੰਨੇ ਅੰਨੇ ਭਾਸ਼ਾ ਬੋਲਣੇ ਲਗੇ ਤੋ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਇਹਨਾਂ ਚੰਦ ਸ਼ਬਦਾਂ ਨੂੰ ਅਸੀਂ ਪੜਿਆ ਹੁਣ ਅਸੀਂ ਇਹਨਾਂ ਦੇ ਉੱਤੇ ਵਿਚਾਰ ਕਰਾਂਗੇ ਤੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਕੀ ਪਾਓਗੇ ਸਮਰਥ ਪਾਓਗੇ ਫਿਰ ਯਹੂਦੀਆਂ ਸਾਮਰੀਆ ਯਰੂਸ਼ਲਮ ਧਰਤੀ ਦੇ ਬੰਨੇ ਤੱਕ ਮੇਰੇ ਕੀ ਹੋਵੋਗੇ ਗਵਾਹ ਹੋਵੋਗੇ ਤੋ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਸਮਰਥ ਪਾਓਗੇ ਤੁਮ ਸਮਰਥ ਪਾਓਗੇ ਸਮਰਥ ਆਉਣ ਤੋਂ ਬਾਅਦ ਉਹਨਾਂ ਦੇ ਜੀਵਨ ਦੇ ਵਿੱਚ ਜੋ ਅਨੁਭਵ ਹੋਇਆ ਉਹਨਾਂ ਦੇ ਜੀਵਨ ਦੇ ਵਿੱਚ ਜੋ ਤਜਰਬਾ ਹੋਇਆ ਲਿਖਿਆ ਗਿਆ ਕਿ ਉਹ ਪਵਿੱਤਰ ਆਤਮਾ ਉਹਨਾਂ ਦੇ ਜੀਵਨ ਦੇ ਵਿੱਚ ਉਤਰ ਆਇਆ ਤੇ ਉਹ ਹੋਰ ਹੋਰ ਭਾਸ਼ਾ ਬੋਲਣ ਲੱਗੇ ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਵਾਸਤੇ ਦੇ ਦਿੱਤਾ ਤੋ ਅੱਜ ਬਗੈਰ ਸਮਰਥ ਤੋਂ ਇਨਸਾਨ ਦੀ ਭਾਸ਼ਾ ਚੇਂਜ ਨਹੀਂ ਹੁੰਦੀ ਇਹ ਭਾਸ਼ਾ ਕਿਹੜੀ ਭਾਸ਼ਾ ਇਨਸਾਨ ਬੋਲ ਰਿਹਾ ਇਹ ਕਿਵੇਂ ਚੇਂਜ ਹੋਵੇਗੀ ਹਿਜਕੀਅਲ 37 ਬਾਬ ਉਹਦੇ ਪਹਿਲੇ ਵਚਨ ਤੋਂ ਪੜਾਂਗੇ ਹਾਂਜੀ ਯਹੋਵਾ ਦਾ ਹੱਥ ਮੇਰੇ ਉੱਤੇ ਸੀ ਅਤੇ ਉਹ ਮੈਨੂੰ ਯਹੋਵਾ ਦੇ ਆਤਮਾ ਵਿੱਚ ਬਾਹਰ ਲੈ ਗਿਆ ਅਤੇ ਉਸ ਵਾਦੀ ਵਿੱਚ ਜਿਹੜੀ ਹੱਡੀਆਂ ਨਾਲ ਭਰੀ ਹੋਈ ਸੀ ਮੈਨੂੰ ਉਤਾਰ ਦਿੱਤਾ ਅਤੇ ਮੈਨੂੰ ਉਹਨਾਂ ਦੇ ਆਲੇ ਦੁਆਲੇ ਚੁਫੇਰੇ ਫਿਰਾਇਆ ਅਤੇ ਵੇਖੋ ਉਹ ਉਸ ਵਾਦੀ ਦੇ ਮੂੰਹ ਉੱਤੇ ਬਹੁਤ ਸਾਰੀਆਂ ਸਨ ਅਤੇ ਵੇਖੋ ਉਹ ਬਹੁਤ ਸੁੱਕੀਆਂ ਹੋਈਆਂ ਸਨ ਅਤੇ ਉਹਨੇ ਮੈਥੋਂ ਪੁੱਛਿਆ ਹੇ ਆਦਮੀ ਦੇ ਪੁੱਤਰ ਕੀ ਇਹ ਹੱਡੀਆਂ ਜੀ ਸਕਦੀਆਂ ਹਨ ਮੈਂ ਆਖਿਆ ਹੇ ਪ੍ਰਭੂ ਯਹੋਵਾ ਤੂੰ ਹੀ ਜਾਣਦਾ ਹੈ ਫਿਰ ਉਸ ਮੈਨੂੰ ਆਖਿਆ ਤੂੰ ਇਹਨਾਂ ਹੱਡੀਆਂ ਉੱਤੇ ਆਗਾਮ ਵਾਚ ਅਤੇ ਇਹਨਾਂ ਨੂੰ ਆਖ ਹੇ ਸੁੱਕੀ ਹੱਡੀਓ ਯਹੋਵਾ ਦਾ ਵਚਨ ਸੁਣੋ ਪ੍ਰਭੂ ਯਹੋਵਾ ਇਹਨਾਂ ਹੱਡੀਆਂ ਨੂੰ ਇਉਂ ਫਰਮਾਉਂਦਾ ਹੈ ਵੇਖੋ ਮੈਂ ਤੁਹਾਡੇ ਅੰਦਰ ਆਤਮਾ ਪਾਵਾਂਗਾ ਅਤੇ ਤੁਸੀਂ ਜਿਉਂਦੀਆਂ ਹੋ ਜਾਓਗੀਆਂ ਅਤੇ ਮੈਂ ਤੁਹਾਡੇ ਉੱਤੇ ਨਾੜਾ ਦਿਆਂਗਾ ਅਤੇ ਤੁਹਾਡੇ ਉੱਤੇ ਮਾਸ ਚਾੜਾਂਗਾ ਅਤੇ ਤੁਹਾਨੂੰ ਚਮ ਨਾਲ ਟੱਕਾਂਗਾ ਅਤੇ ਤੁਹਾਡੇ ਵਿੱਚ ਆਤਮਾ ਪਾਵਾਂਗਾ ਅਤੇ ਤੁਸੀਂ ਜੀ ਪਵੋਗੀਆਂ ਅਤੇ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾ ਹਾਂ ਯਹੋਵਾ ਕੀ ਸ਼ਕਤੀ ਮੁਝ ਪਰ ਹੋਈ ਔਰ ਵਹਿ ਮੁਝਸੇ ਆਪਣਾ ਆਤਮਾ ਸਮਵਾ ਕਰ ਬਾਹਰ ਲੈ ਗਿਆ ਔਰ ਮੁਝੇ ਤਰਾਈ ਕੇ ਬੀਚ ਖੜਾ ਕਰ ਦਿਆ ਵਹਿ ਤਰਾਈ ਹੱਡੀਆਂ ਸੇ ਭਰੀ ਹੋਈ ਥੀ ਤਬ ਉਸਨੇ ਮੁਝੇ ਉਨਕੇ ਚਾਰੋ ਔਰ ਘੁਮਾਇਆ ਔਰ ਤਰਾਈ ਕੀ ਤਹਿ ਪਰ ਬਹੁਤ ਹੀ ਹੱਡੀਆਂ ਥੀ ਔਰ ਵੇ ਸੁਖੀ ਥੀ ਤਬ ਉਸਨੇ ਮੁਝਸੇ ਪੁੱਛਾ ਹੇ ਮਨੁਸ਼ਯ ਕੇ ਸੰਤਾਨ ਕਿਆ ਇਹ ਹੱਡੀਆਂ ਜੀ ਸਕਤੀ ਹੈ ਮੈਨੇ ਕਹਾ ਹੇ ਪਰਮੇਸ਼ੁਰ ਯਹੋਵਾ ਤੂੰ ਹੀ ਜਾਣਤਾ ਹੈ ਤਬ ਉਸਨੇ ਮੁਝਸੇ ਕਹਾ ਇਨ ਹੱਡੀਆਂ ਸੇ ਭਵਿਸ਼ਵਾਣੀ ਕਰਕੇ ਕਹਿ ਹੇ ਸੁਖੀ ਹੱਡੀਓ ਯਹੋਵਾ ਕਾ ਵਚਨ ਸੁਣੋ
परमेश्वर यहोवा तुम पर तुम हड्डियों से यों कहता है, देखो मैं आप तुम में मांस समवाऊंगा और तुम जी उठोगी, और मैं तुम्हारी नसें उपजाकर मांस चढ़ाऊंगा और तुमको चमड़े से ढकूंगा और तुम में सांस भरूंगा और तुम जी जाओगी और तुम जान जाओगी कि मैं यहोवा हूँ। तो लिखा कि हिजकिएल ने कहा कि यहोवा दा आत्मा की सीगा ओदे उत्ते सीगा, तो ओनू किथे लैके चला गया? तराई दे विच लैके चला गया, एक ओ स्वादी दे विच लैके चला गया जेड़ी सुकियां हड्डियां दे नाल की कीती होई सीगी, भरी होई सीगी। तो उन्हें कहा कि हे आदमी दे पुत्तर की हड्डियां जीव सकदियां ने? कहिंदा कि मैं कहा कि हे यहोवा तू ही जानदा कि उन्हें कहा कि फिर इन्हां हड्डियां नूं कह कि आए हड्डियो यहोवा दा की सुनो वचन सुनो। पांचवीं छेवीं वर्ष नूं फिर पढ़ो। प्रभु यहोवा इन्हां हड्डियां नूं यूं फरमाउंदा है, प्रभु यहोवा इन्हां हड्डियां नूं इस तरह फरमाउंदा, वेखो मैं तुहाडे अंदर आत्मा पा दूंगा, मैं तुहाडे अंदर वो आत्मा पा दूंगा, अते तुसी जिंदियां हो जाओगियां, अते मैं तुहाडे उत्ते नाड़ा देंगा, मैं तुहाडे उत्ते नाड़ा दवांगा, अते तुहाडे उत्ते मांस, तुहाडे उत्ते मांस दे दवांगा, अते तुहानूं चम नाल ढक, मैं तुहानूं चम दे नाल ढक दवांगा, अते तुहाडे विच आत्मा पावांगा, मैं तुहाडे विच आत्मा पा दवांगा, अते तुसी जी पवोगियां, तुसी जी पवोगियां, अते तुसी जानोगियां कि मैं जानोगियां कि मैं यहोवा परमेश्वर हां। तो अज इस धरती उत्ते ओदे मनन वाले लोग ए अज दी कलीसिया वा ए अज दे प्रभु दे लोग सुक्कियां हड्डियां दी तरह आ। क्यों सुक्कियां हड्डियां दी तरह आ? एक हड्डी जदों दूसरी हड्डी नाल टकराएगी ते की आंदी आ? आवाज आंदी आ। क्यों एक दूजे दे विरुद्ध बोलिया जा रहा? क्यों सेवक लोग एक दूजे दे विरुद्ध बोलते ने? एक कलीसियावां एक दूजे दे विरुद्ध बोलदियां ने, एक घरां दे विच कलेश झगड़े ए तू तू मैं हुंदी आ। इन्हां जबानां तों कड़वे बोल निकलदे ने, इन्हां जबानां दे उत्तों ओ हर समय क्रोध वालियां गल्लां निकलदियां ने, इन्हां मत्थियां ते हर समय त्यूड़ियां पईयां रहिंदियां ने। इस कारण कि ए सुकियां हड्डियां दी तरह ने, ए हड्डियां आपस विच टकरा रहियां ने, इन्हां दे उत्ते अजे मांस नहीं आया, इन्हां दे उत्ते ए नसां नहीं आईयां, क्योंकि यहोवा दा आत्मा इन्हां दे विच अजे उतरिया नहीं। ए सुकियां हड्डियां नूं उहने कहा कि इन्हां नूं कह दो कि ए सुकियो हड्डियो यहोवा दा की सुनो वचन सुनो। यीशु मसीह दा वचन उहनां दे कोल आ गया, तुम समर्थ पाओगे, तुसी शक्ति पाओगे। उन्होंने खुदा दे वचन उते भरोसा किया, उन्होंने खुदा दे वचन उते ईमान लिया, उन्होंने खुदा दे वचन उते ओ अपना दिल लगा दिता। ओ इंतजार दे विच बैठ गए, 10 दिन लगातार वो इस इंतजार दे विच बैठे रहे कि प्रभु यीशु मसीह दा ये वचन आ कि तुम समर्थ पाओगे। तो लिखा गया कि समर्थ उन्हां दे उत्ते उतर आई, वो पवित्र आत्मा उन्हां दे उतर आया, ते ओ होर होर भाषा बोलन लगे, उन्हां दी जुबान दे उत्तों ओ गालां निकलदियां सीगियां, ओ गालां जांदियां रहियां। झूठ वाली जुबान उन्हां दी जांदी रही, ये झगड़ा करन वाली जुबान ये जांदी रही, कुफर बकण वाली जुबान जांदी रही, निंदिया करन वाली जुबान जांदी रही, ईर्षा वालियां गल्लां निकलदियां सी ओ जांदियां रहियां, ओ होर होर भाषा बोलन लगे, उहनां दे जुबान दे विचों मिठियां मिठियां गल्लां निकलन लगियां, ओ होर भाषा, क्योंकि पहली भाषा की हो गई बदल गई। क्यों अज प्यार नहीं? क्यों अज घरां दे विच प्यार नहीं? कलीसियावां दे विच प्यार नहीं? सेवकां दे विच प्यार नहीं? ओ एकता नहीं? क्योंकि हड्डियां जिन्ना चिर सुक्कियां ने ये कदी एकता दे विच आ नहीं सकदियां, इन्हां दे उत्ते मांस नहीं आ, इन्हां दे उत्ते नसां नहीं आ, ये
ਮਾਸ ਨਸਾਂ ਉੱਤੇ ਆਵੇਗਾ ਤੇ ਇਹ ਏਕਤਾ ਦੇ ਵਿੱਚ ਆਣਗੀਆਂ। ਅੱਗੇ 6 ਤੋਂ ਅੱਗੇ ਲਿਖਿਆ ਹੋਇਆ ਹਾਂਜੀ ਹਿਜਕਿਲ ਅਤੇ ਮੈਂ ਤੁਹਾਡੇ ਉੱਤੇ ਨਾੜਾਂ ਦਿਆਂਗਾ ਅਤੇ ਤੁਹਾਡੇ ਉੱਤੇ ਮਾਸ ਚੜਾਂਗਾ ਅਤੇ ਤੁਹਾਨੂੰ ਚੰਮ ਨਾਲ ਟੱਕਾਂਗਾ ਅਤੇ ਤੁਹਾਡੇ ਵਿੱਚ ਆਤਮਾ ਪਾਵਾਂਗਾ ਅਤੇ ਤੁਸੀਂ ਜੀ ਪਵੋਗੀਆਂ ਅਤੇ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾ ਹਾਂ। ਸੋ ਮੈਂ ਹੁਕਮ ਅਨੁਸਾਰ ਅਗੰਮ ਵਾਚਿਆ ਅਤੇ ਜਿਸ ਵੇਲੇ ਮੈਂ ਅਗੰਮ ਵਾਚ ਰਿਹਾ ਸਾਂ ਤਾਂ ਇੱਕ ਸ਼ੋਰ ਆਇਆ ਅਤੇ ਵੇਖੋ ਭੁਚਾਲ ਸੀ ਅਤੇ ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ ਹਰੇਕ ਹੱਡੀ ਆਪਣੀ ਹੱਡੀ ਨਾਲ। ਤੂੰ ਲਿਖਿਆ ਕਿ ਉਹ ਹੱਡੀਆਂ ਇੱਕ ਦੂਜੀ ਦੇ ਨਾਲ ਕੀ ਹੋ ਗਈਆਂ, ਜੁੜ ਗਈਆਂ। ਕਿਵੇਂ ਜੁੜ ਗਈਆਂ? ਕਿਉਂਕਿ ਉਹਨਾਂ ਹੱਡੀਆਂ ਨੇ ਪਰਮੇਸ਼ਰ ਦੇ ਵਚਨ ਨੂੰ ਕੀ ਕਰ ਲਿਆ, ਸੁਣ ਲਿਆ। ਤੇ ਇੱਕ ਏਦਾਂ ਦੀ ਆਵਾਜ਼ ਆਈ ਜਿਵੇਂ ਕੀ ਸੀਗਾ, ਭੁਚਾਲ ਸੀਗਾ। ਖੁਦਾ ਦਾ ਆਤਮਾ ਜ਼ੋਰ ਦੇ ਨਾਲ ਉਹਨਾਂ ਹੱਡੀਆਂ ਦੇ ਉੱਤੇ ਉੱਤਰ ਆਇਆ। ਉਹ ਹੱਡੀ ਆਪੋ ਆਪਣੀ ਹੱਡੀ ਦੇ ਨਾਲ ਜੁੜ ਗਈ। ਅੱਜ ਘਰਾਂ ਦੇ ਵਿੱਚ ਝਗੜੇ ਨੇ, ਕਲੇਸ਼ ਨੇ, ਫੁੱਟਾਂ ਨੇ, ਵਿਧਤਾ ਨੇ, ਘਰਾਂ ਦੇ ਵਿੱਚ ਏਕਤਾ ਨਹੀਂ ਆ। ਇਹ ਹੱਡੀ ਆਪਣੀ ਹੱਡੀ ਦੇ ਨਾਲ ਉਦੋਂ ਜੁੜੇਗੀ, ਉਦੋਂ ਪਿਆਰ ਆਵੇਗਾ ਜਦੋਂ ਇਹਨਾਂ ਦੇ ਅੰਦਰ ਉਹ ਸਮਰੱਥ ਆ ਜਾਵੇਗੀ। ਅੱਜ ਇਨਸਾਨ ਆਪਣੀ ਇਨਸਾਨੀ ਬੁੱਧ ਦੇ ਨਾਲ ਘਰਾਂ ਦੇ ਝਗੜੇ ਮਿਟਾਉਣ ਦੀ ਕੋਸ਼ਿਸ਼ ਕਰਦਾ, ਇਨਸਾਨੀ ਬੁੱਧ ਦੇ ਨਾਲ ਉਹ ਚਾਹੁੰਦਾ ਕਿ ਘਰ ਦੇ ਵਿੱਚ ਏਕਤਾ ਬਣੀ ਰਵੇ, ਪਰ ਉਹ ਏਕਤਾ ਬਣਦੀ ਨਹੀਂ। ਕਿਉਂਕਿ ਅਸਲੀ ਏਕਤਾ ਉਹ ਸਮਰੱਥ ਦੇ ਵਸੀਲੇ ਆਵੇਗੀ, ਕਿਉਂਕਿ ਜਿੰਨਾ ਚਿਰ ਇਨਸਾਨ ਘੁਟਣਿਆਂ ਦੇ ਬਲ ਨਹੀਂ ਆਵੇਗਾ, ਉਹਨਾਂ ਚਿਰ ਉਹਨਾਂ ਘਰਾਂ ਦੇ ਅੰਦਰ ਏਕਤਾ ਨਹੀਂ ਆ ਸਕਦੀ। ਤੁਮ ਸਮਰੱਥ ਪਾਓਗੇ ਤੇ ਲਿਖਿਆ ਗਿਆ ਕਿ ਉਹ ਹੱਡੀ ਹੱਡੀ ਦੇ ਨਾਲ ਕੀ ਹੋ ਗਈ, ਜੁੜ ਗਈ। ਆਪੋ ਆਪਣੀ ਹੱਡੀ ਦੇ ਨਾਲ, ਇਹ ਨਹੀਂ ਕਿ ਕਿਸੇ ਦੂਸਰੀ ਹੱਡੀ ਦੇ ਨਾਲ। ਅੱਜ ਇਹ ਫੁੱਟਾਂ, ਵਿਧਤਾਂ, ਇਹ ਲੜਾਈਆਂ, ਇਹ ਝਗੜੇ, ਇਹ ਕ੍ਰੋਧ ਉਹਨਾਂ ਚਿਰ ਇਨਸਾਨ ਦੇ ਜੀਵਨ ਦੇ ਵਿੱਚ ਕਾਰਿਆ ਕਰੇਗਾ ਜਿੰਨਾ ਚਿਰ ਇਹਦੇ ਅੰਦਰ ਉਹ ਸਮਰੱਥ ਨਹੀਂ ਆਏਗੀ। ਇਹ ਸਮਰੱਥ ਆਏਗੀ ਤੇ ਉਹਦੀ ਭਾਸ਼ਾ ਬਦਲੇਗੀ, ਇਹ ਸਮਰੱਥ ਆਏਗੀ ਤੇ ਉਹ ਹੱਡੀਆਂ ਜਿਉਂਦੀ ਜਾਨ ਹੋ ਜਾਣਗੀਆਂ, ਉਹਨਾਂ ਦੇ ਅੰਦਰ ਏਕਤਾ ਆ ਜਾਵੇਗੀ, ਉਹਨਾਂ ਦੇ ਅੰਦਰ ਉਹ ਪਿਆਰ ਆ ਜਾਵੇਗਾ, ਉਹਨਾਂ ਦੇ ਅੰਦਰ ਉਹ ਪਿਆਰ ਵਾਲਾ ਬਲ ਆ ਜਾਵੇਗਾ। ਬਾਈਬਲ ਦੇ ਵਿੱਚ ਲਿਖਿਆ ਗਿਆ, ਯੂਹੰਨਾ ਨੇ ਇਹ ਗੱਲ ਕਹੀ 3:11। ਹਾਂਜੀ ਮੈਂ ਤਾਂ ਤੁਹਾਨੂੰ ਤੋਬਾ ਲਈ ਪਾਣੀ ਨਾਲ ਬਪਤਿਸਮਾ, ਯੂਹੰਨਾ ਨੇ ਕਿਹਾ ਕਿ ਮੈਂ ਤੁਹਾਨੂੰ ਤੋਬਾ ਲਈ ਪਾਣੀ ਦੇ ਨਾਲ ਬਪਤਿਸਮਾ ਦਿੰਦਾ। ਮੈਂ ਤਾਂ ਤੁਹਾਨੂੰ ਤੋਬਾ ਦੇ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜਿਹੜਾ ਮੇਰੇ ਪਿੱਛੇ ਆਉਣ ਵਾਲਾ ਹੈ ਉਹ ਮੈਥੋਂ ਬਲਵੰਤ ਹੈ ਅਤੇ ਮੈਂ ਉਹਦੀ ਜੁੱਤੀ ਚੁੱਕਣ ਦੇ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ, ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਦੇ ਨਾਲ ਕੀ ਦੇਵੇਗਾ, ਬਪਤਿਸਮਾ ਦੇਵੇਗਾ। ਸੁਲਾਂ ਦੇ ਕਿਤਾਬ ਪ੍ਰੇਰਿਤ ਹੋ ਕੇ ਕੰਮ 1:5। ਹਾਂਜੀ ਕਿਉਂ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਇਹ ਯਿਸੂ ਮਸੀਹ ਨੇ ਵੀ ਕਿਹਾ ਕਿ ਯੂਹੰਨਾ ਨੇ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਸੀਗਾ, ਪਰ ਥੋੜੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ। ਥੋੜੇ ਦਿਨਾਂ ਦੇ ਪਿੱਛੋਂ ਤੁਹਾਨੂੰ ਪਵਿੱਤਰ ਆਤਮਾ ਦੇ ਨਾਲ ਕੀ ਦਿੱਤਾ ਜਾਵੇਗਾ, ਬਪਤਿਸਮਾ ਦਿੱਤਾ ਜਾਵੇਗਾ। ਤੇ ਇਹਦਾ ਮਤਲਬ ਕਿ ਪਵਿੱਤਰ ਆਤਮਾ ਆਵੇਗਾ ਤੇ ਉਹ ਸਮਰੱਥ ਤੁਹਾਡੇ ਅੰਦਰ ਦਾਖਲ ਹੋਵੇਗੀ। ਉਸ ਸਮਰੱਥ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ, ਉਸ ਸਮਰੱਥ ਨੂੰ ਆਪਣੇ ਜੀਵਨ ਦੇ ਵਿੱਚ ਹਾਸਲ ਕਰਨਾ, ਤਾਂ ਕਿ ਤੁਹਾਡੇ ਜ਼ਿੰਦਗੀ ਦੇ ਵਿੱਚੋਂ ਉਹ ਸਾਰਾ ਜਿਹੜੀ ਹੱਡੀ ਨਾਲ ਹੱਡੀ ਟਕਰਾ ਕੇ ਆਵਾਜ਼ ਆ ਰਹੀ ਆ, ਘਰਾਂ ਦੇ ਵਿੱਚ ਉਹ ਆਵਾਜ਼ਾਂ ਆ ਰਹੀਆਂ ਨੇ, ਹੱਡੀਆਂ ਨਾਲ ਹੱਡੀਆਂ ਟਕਰਾ ਰਹੀਆਂ ਨੇ, ਕਿਉਂਕਿ ਮਾਸ ਜਦੋਂ ਮਾਸ ਨਾਲ ਟਕਰਾਏਗਾ ਕਦੀ ਆਵਾਜ਼ ਨਹੀਂ ਆਏਗੀ। ਸੁੱਕੀਆਂ ਹੱਡੀਆਂ ਟਕਰਾਉਣਗੀਆਂ ਤੇ ਆਵਾਜ਼ ਆਵੇਗੀ। ਇਹ ਆਵਾਜ਼ ਆਉਣੀ ਉਦੋਂ ਬੰਦ ਹੋਵੇਗੀ ਜਦੋਂ ਇਹਨਾਂ ਦੇ ਉੱਤੇ ਨਸਾਂ ਆ ਜਾਣਗੀਆਂ, ਜਦੋਂ ਇਹਨਾਂ ਦੇ ਉੱਤੇ ਕੀ ਆ ਜਾਵੇਗਾ, ਮਾਸ ਆ ਜਾਵੇਗਾ। ਇਹ ਬਗੈਰ ਸਮਰੱਥ ਤੋਂ ਨਸਾਂ ਨਹੀਂ ਆਉਣਗੀਆਂ, ਬਗੈਰ ਸਮਰੱਥ ਤੋਂ ਇਹ ਮਾਸ ਨਹੀਂ ਆਵੇਗਾ, ਤੇ ਇਸ ਕਰਕੇ ਘੁਟਣਿਆਂ ਦੇ ਉੱਤੇ ਆਉਣਾ ਪਵੇਗਾ। ਚੇਲੇ ਇੰਤਜ਼ਾਰ ਦੇ ਵਿੱਚ ਬੈਠ ਗਏ ਕਿ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਕੀ ਪਾਓਗੇ, ਸ਼ਕਤੀ ਪਾਓਗੇ, ਤੁਸੀਂ ਸਮਰੱਥ ਪਾਓਗੇ। ਇੰਤਜ਼ਾਰ ਦੇ ਵਿੱਚ ਬੈਠ ਗਏ, ਸਮਰੱਥ ਉੱਤਰ ਆਈ, ਭਾਸ਼ਾ ਚੇਂਜ ਹੋ ਗਈ, ਸਮਰੱਥ ਉੱਤਰ ਆਈ, ਫਿਰ ਉਹ ਬੋਲਣ ਲੱਗੇ ਜੋ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ। ਇਹ ਸਮਰੱਥ ਜਿੰਨਾ ਚਿਰ ਆਉਂਦੀ ਨਹੀਂ ਆ, ਉਹਨਾਂ ਚਿਰ ਇਨਸਾਨ ਸੰਗਤ ਵਿੱਚ ਆਵੇਗਾ ਤੇ ਸੰਗਤ ਖਤਮ ਹੋਣ ਤੋਂ ਬਾਅਦ ਬਿਜ਼ਨਸ ਦੀਆਂ ਗੱਲਾਂ, ਘਰ ਦੀਆਂ ਗੱਲਾਂ, ਰਿਸ਼ਤੇਦਾਰਾਂ ਦੀਆਂ ਗੱਲਾਂ, ਚੁਗਲੀਆਂ, ਨਿੰਦਿਆ, ਹੈ ਨਾ। ਜੇ ਸਮਰੱਥ ਹੋਵੇਗੀ ਤੇ ਫਿਰ ਇੱਥੋਂ ਕੀ ਨਿਕਲੇਗਾ, ਜੋ ਪਵਿੱਤਰ ਆਤਮਾ ਬੋਲਣ ਨੂੰ ਦੇਵੇਗਾ ਫਿਰ ਇੱਥੋਂ ਵਚਨ ਨਿਕਲੇਗਾ, ਇੱਥੋਂ ਫਿਰ ਉੱਠਦੇ
ਚੱਲਦੇ ਫਿਰਦੇ ਵੀ ਕੀ ਨਿਕਲੇਗੀ, ਤਾਰੀਫ ਨਿਕਲੇਗੀ ਉਹਦੀ, ਉਸਤਤ ਨਿਕਲੇਗੀ, ਅੰਨੇ ਬਾਦਸ਼ਾਹ ਦੇ ਵਿੱਚ ਪ੍ਰਾਰਥਨਾ ਨਿਕਲੇਗੀ। ਜੇ ਸਮਰਥ ਨਹੀਂ ਆ ਤੇ ਫਿਰ ਉੱਠਦੇ ਆ ਸਾਰੀ ਬੰਦਗੀ ਖਤਮ ਹੁੰਦੇ ਆ ਸਾਰੀ ਫਟਾਫਟ ਖਾਣੇ ਦੀ, ਹੈ ਨਾ। ਸੰਗਤ ਦੇ ਵਿੱਚ ਇੱਕ ਗੱਲ ਵੇਖਣ ਨੂੰ ਮਿਲਦੀ ਆ ਕਿ ਜਦੋਂ ਕੁਝ ਖਾਣ ਪੀਣ ਵਾਸਤੇ ਜਦੋਂ ਵਰਤਾਇਆ ਜਾਂਦਾ ਉਦੋਂ ਫਿਰ ਇੱਕ ਦੂਜੇ ਦੇ ਉੱਤੋਂ ਦੀ, ਅਤੇ ਜਦੋਂ ਸੰਗਤ 'ਚ ਆਣ ਕੇ ਬਹਿਣਾ ਹੁੰਦਾ ਤਾਂ ਬਹੁਤੇ ਫਿਰ ਪਹਿਲਾਂ ਪਿੱਛੋਂ ਬਹਿਣਾ ਸ਼ੁਰੂ ਕਰਦੇ ਨੇ ਅੱਗੋਂ ਕੀ। ਸੰਗਤ 'ਚ ਵੀ ਆਣ ਕੇ ਪਹਿਲਾਂ ਜੇ ਪਹਿਲਾਂ ਆਏ ਤਾਂ ਫਿਰ ਅੱਗੇ ਹੀ ਆਣ ਕੇ ਬਹਿਣਾ ਚਾਹੀਦਾ ਵਾ। ਜਦੋਂ ਮਤਲਬ ਕਿ ਇਹ ਸਮਰਥ ਦੀ ਘਾਟ ਆ ਇਨਸਾਨ ਦੇ ਅੰਦਰ। ਹਾਂਜੀ ਉੱਥੋਂ ਸੱਤ ਤੋਂ ਫਿਜ਼ੀਕਲ ਸੱਤ ਐਚ ਤੋਂ ਅੱਗੇ, ਹਾਂਜੀ 11 ਤੱਕ ਪੜ੍ਹਨਾ। ਹਾਂਜੀ ਸੈਂਤੀ ਦੀ ਸੱਤ ਤੋਂ 11, ਹਾਂਜੀ ਅੱਗੇ ਅਤੇ ਮੈਂ ਵੇਖਿਆ ਤਾਂ ਕੀ ਵੇਖਦਾ ਹਾਂ ਕਿ ਉਹਨਾਂ ਉੱਤੇ ਨਾੜਾਂ ਤੇ ਮਾਸ ਚੜ ਗਿਆ ਅਤੇ ਚੰਮ ਨੇ ਉਹਨਾਂ ਨੂੰ ਢੱਕ ਲਿਆ, ਪਰ ਉਹਨਾਂ ਵਿੱਚ ਆਤਮਾ ਨਹੀਂ ਸੀ। ਤਦ ਉਹਨੇ ਮੈਨੂੰ ਆਖਿਆ ਕਿ ਆਤਮਾ ਲਈ ਅਗਾਂਹ ਵਾਚ, ਹੇ ਆਦਮੀ ਦੇ ਪੁੱਤਰ ਅਗਾਂਹ ਵਾਚ, ਤੂੰ ਆਤਮਾ ਨੂੰ ਆਖ ਕਿ ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ, ਹੇ ਆਤਮਾ ਤੁਸੀਂ ਚੁਫੇਰਿਆਂ ਦੀਆਂ ਹਵਾਵਾਂ ਤੋਂ ਆਓ ਅਤੇ ਵੱਡਿਆਂ ਹੋਇਆਂ ਵਿੱਚ ਆਤਮਾ ਪਾਓ ਤਾਂ ਜਿਉਂਦੀਆਂ ਹੋ ਜਾਣ। ਸੋ ਮੈਂ ਉਹਦੇ ਹੁਕਮ ਦੇ ਅਨੁਸਾਰ ਅਗਮ ਵਾਚਿਆ ਅਤੇ ਉਹਨਾਂ ਵਿੱਚ ਆਤਮਾ ਪੈ ਗਿਆ ਅਤੇ ਉਹ ਜਿਉਂਦੀਆਂ ਹੋ ਕੇ ਆਪਣੇ ਪੈਰਾਂ ਭਰਨੇ ਖਲੋ ਗਈਆਂ। ਇੱਕ ਬਹੁਤ ਹੀ ਵੱਡੀ ਫੌਜ ਸੀ। ਤਦ ਉਹਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤਰ, ਇਹ ਹੱਡੀਆਂ ਇਜ਼ਰਾਇਲ ਦਾ ਸਾਰਾ ਘਰਾਣਾ ਹੈ। ਵੇਖ, ਇਹ ਆਖਦੇ ਹਨ ਸਾਡੀਆਂ ਹੱਡੀਆਂ ਸੁੱਕ ਗਈਆਂ ਅਤੇ ਸਾਡੀ ਆਸ ਮੁੱਕ ਗਈ, ਅਸੀਂ ਤਾਂ ਉੱਕੇ ਕੱਟੇ ਗਏ। ਹਾਂਜੀ ਹਿੰਦੀ ਦੇ ਵਿੱਚ 11 ਆਇਤ ਨੂੰ ਪੜ੍ਹ ਦਵਾਂਗੇ। ਫਿਰ ਉਸਨੇ ਮੁਝਸੇ ਕਹਾ, ਹੇ ਮਨੁਸ਼ੀ ਕੇ ਸੰਤਾਨ, ਯੇ ਹੱਡੀਆਂ ਇਜ਼ਰਾਇਲ ਕੇ ਸਾਰੇ ਘਰਾਣੇ ਕੀ ਉਪਮਾ ਹੈ। ਯੇ ਕਹਤੇ ਹੈ ਯੇ ਹਮਾਰੀ ਹੱਡੀਆਂ ਸੁੱਕ ਗਈ ਹੈ ਔਰ ਹਮਾਰੀ ਆਸ਼ਾ ਜਾਤੀ ਰਹੀ, ਹਮ ਪੂਰੀ ਰੀਤੀ ਸੇ ਕੱਟ ਚੁਕੇ ਹੈ। ਲਿਖਿਆ ਗਿਆ ਕਿ ਉਹਨਾਂ ਨੂੰ ਕਿਹਾ ਗਿਆ ਕਿ ਆਦਮੀ ਦੇ ਪੁੱਤਰ, ਇਹ ਸਾਰੀਆਂ ਹੱਡੀਆਂ ਜਿਹੜੀਆਂ ਸੀਗੀਆਂ ਕੌਣ ਨੇ? ਇਸਰਾਇਲ ਦਾ ਘਰਾਣਾ ਆ। ਇਹ ਕਹਿੰਦੇ ਸੀਗੇ ਕਿ ਸਾਡੀ ਆਸ ਕੀ ਹੋ ਗਈ ਆ, ਮੁੱਕ ਚੁੱਕੀ ਆ, ਅਸੀਂ ਸੁੱਕੀਆਂ ਹੱਡੀਆਂ ਆ, ਸਾਡੇ ਵਿੱਚੋਂ ਆਵਾਜ਼ ਆਉਣੀ ਬੰਦ ਨਹੀਂ ਹੋ ਸਕਦੀ, ਸਾਡੇ ਘਰਾਂ ਵਿੱਚੋਂ ਝਗੜਾ ਖਤਮ ਨਹੀਂ ਹੋ ਸਕਦਾ, ਸਾਡੇ ਘਰਾਂ ਵਿੱਚੋਂ ਕਲੇਸ਼ ਖਤਮ ਨਹੀਂ ਹੋ ਸਕਦਾ, ਸਾਡੇ ਘਰਾਂ ਵਿੱਚੋਂ ਤੂੰ ਤੂੰ ਮੈਂ ਖਤਮ ਨਹੀਂ ਹੋ ਸਕਦੀ, ਸਾਡੇ ਘਰ ਦੇ ਵਿੱਚੋਂ ਕ੍ਰੋਧ ਨਹੀਂ ਜਾ ਸਕਦਾ। ਇਹ ਹੱਡੀਆਂ ਬੇਆਸ ਹੋ ਚੁੱਕੀਆਂ ਸੀਗੀਆਂ। ਇਹਨਾਂ ਨੇ ਕਿਹਾ ਕਿ ਅਸੀਂ ਤੇ ਹੁਣ ਹੱਡੀਆਂ ਸੁੱਕੀਆਂ ਹੋਈਆਂ ਆ, ਇਹ ਟਣਾ ਟਣ ਦੀ ਆਵਾਜ਼ ਆਉਂਦੀ ਰਹੇਗੀ, ਪਰ ਖੁਦਾ ਦਾ ਆਤਮਾ ਉਹਨਾਂ ਦੇ ਉੱਤੇ ਉਤਰਿਆ ਤੇ ਉਹਨਾਂ ਨੂੰ ਨਸਾਂ ਦੇ ਨਾਲ ਭਰ ਦਿੱਤਾ, ਮਾਸ ਦੇ ਨਾਲ ਭਰ ਦਿੱਤਾ ਤੇ ਉਹ ਜਿਉਂਦੀ ਜਾਨ ਹੋ ਗਈਆਂ, ਉਹ ਪੈਰਾਂ ਭਰਨੇ ਹੋ ਕੇ ਖੜੀਆਂ ਹੋ ਗਈਆਂ। ਅੱਜ ਖੁਦਾਵੰਦ ਖੁਦਾ ਤੁਹਾਨੂੰ ਪੈਰਾਂ ਭਰਨੇ ਖੜਾ ਕਰਨਾ ਚਾਹੁੰਦਾ, ਅੱਜ ਤੁਹਾਨੂੰ ਉਹ ਜ਼ਿੰਦਗੀ ਬਖਸ਼ਣਾ ਚਾਹੁੰਦਾ, ਅੱਜ ਤੁਹਾਡੇ ਘਰਾਂ ਵਿੱਚੋਂ ਸ਼ਾਂਤੀ ਲੈ ਕੇ ਆਉਣਾ ਚਾਹੁੰਦਾ, ਤੁਹਾਡੀ ਜ਼ੁਬਾਨ ਤੋਂ ਕੜਵੇ ਬੋਲ ਖਤਮ ਕਰਨਾ ਚਾਹੁੰਦਾ, ਤੁਹਾਡੇ ਘਰਾਂ ਦੇ ਵਿੱਚੋਂ ਤੂੰ ਤੂੰ ਮੈਂ ਨੂੰ ਖਤਮ ਕਰਨਾ ਚਾਹੁੰਦਾ, ਪਰ ਉਹ ਚਾਹੁੰਦਾ ਕਿ ਤੁਸੀਂ ਸਮਰਥ ਪਾਓ। ਤੁਸੀਂ ਕੀ ਪਾਓ? ਸਮਰਥ ਪਾਓ। ਫਿਰ ਉਸ ਤੋਂ ਬਾਅਦ ਤੁਸੀਂ ਯਹੂਦੀਆਂ ਦੇ ਵਿੱਚ, ਸਾਮਰੀਆ ਦੇ ਵਿੱਚ, ਯਰੂਸ਼ਲਮ ਦੇ ਵਿੱਚ ਤੇ ਧਰਤੀ ਦੇ ਬੰਨਿਆਂ ਤੱਕ ਮੇਰੇ ਗਵਾਹ ਹੋਵੋਗੇ ਕਿ ਮੇਰੇ ਘਰ ਵਿੱਚ ਸ਼ਾਂਤੀ ਨਹੀਂ ਸੀ, ਪਰ ਅੱਜ ਮੇਰੇ ਜੀਵਨ ਦੇ ਵਿੱਚ ਸ਼ਾਂਤੀ ਆ। ਮੇਰਾ ਪਤੀ ਬੜਾ ਅੜਵ ਸੀਗਾ, ਅੱਜ ਮੇਰਾ ਪਤੀ ਬਹੁਤ ਹਲੀਮ ਆ। ਮੇਰੀ ਪਤਨੀ ਬੜੀ ਗੁੱਸੇ ਵਾਲੀ ਸੀਗੀ, ਪਰ ਅੱਜ ਮੇਰੀ ਪਤਨੀ ਬੜੀ ਨਮਰ ਆ। ਅੱਜ ਸਾਡੇ ਅੰਦਰ ਪਿਆਰ ਆ, ਅੱਜ ਸਾਡੇ ਅੰਦਰ ਏਕਤਾ ਆ, ਅੱਜ ਸਾਡੇ ਘਰ ਦੇ ਵਿੱਚ ਸ਼ਾਂਤੀ ਆ, ਸਾਡੇ ਬੱਚਿਆਂ ਦੇ ਵਿੱਚ ਸ਼ਾਂਤੀ ਆ, ਸਾਡੇ ਘਰ ਦੇ ਵਿੱਚ ਉਹ ਪੂਰੀ ਸ਼ਾਂਤੀ ਬਣੀ ਰਹਿੰਦੀ ਆ। ਸਾਡੇ ਘਰ ਦੇ ਵਿੱਚੋਂ ਬੇਚੈਨੀ ਖਤਮ ਹੋ ਗਈ ਆ, ਉਹ ਪਰੇਸ਼ਾਨੀ ਖਤਮ ਹੋ ਗਈ ਆ, ਉਹ ਬਿਮਾਰੀ ਖਤਮ ਹੋ ਗਈ ਆ। ਅੱਜ ਤੁਸੀਂ ਸਮਰਥ ਪਾਓਗੇ ਤੇ ਇਹ ਕਹੋਗੇ ਕਿ ਸਾਡੇ ਘਰ ਸ਼ਾਂਤੀ ਨਾਲ ਕੀ ਹੋ ਗਏ ਨੇ? ਭਰ ਗਏ ਨੇ, ਕਿਉਂਕਿ ਉਹਨਾਂ ਦੇ ਉੱਤੇ ਆਤਮਾ ਉੱਤਰ ਆਇਆ ਤੇ ਉਹ ਹੋਰ ਭਾਸ਼ਾਵਾਂ ਕੀ ਕਰਨ ਲੱਗੇ, ਬੋਲਣ ਲੱਗੇ। ਪਹਿਲੀ ਲੈਂਗੁਏਜ ਕੀ ਹੋ ਗਈ? ਖਤਮ ਹੋ ਗਈ। ਉਹਦਾ ਮਤਲਬ ਕਿ ਤੁਸੀਂ ਖੁਦਾ ਜਾਣ ਕੇ ਜੇ ਅਜੇ ਤੁਹਾਡੀ ਪਹਿਲੀ ਲੈਂਗੁਏਜ ਖਤਮ ਨਹੀਂ ਹੋਈ, ਤੁਹਾਡੇ ਕੋਲ ਉਸੇ ਤਰ੍ਹਾਂ ਗਾਲਾਂ ਨਿਕਲਦੀਆਂ ਨੇ, ਤੁਹਾਡੇ ਕੋਲ ਉਸੇ ਤਰ੍ਹਾਂ ਕ੍ਰੋਧ ਦੇ ਵਿੱਚ ਗੱਲਾਂ ਨਿਕਲਦੀਆਂ ਨੇ, ਤੁਹਾਡੇ ਕੋਲ ਉਸੇ ਤਰ੍ਹਾਂ ਹੀ ਝੂਠ ਨਿਕਲਦਾ,
ਤੁਹਾਡੇ ਕੋਲ ਉਸੇ ਤਰ੍ਹਾਂ ਹੀਰਾ ਫੇਰੀਆਂ ਨਿਕਲਦੀਆਂ, ਤੁਹਾਡੇ ਜੀਵਨ ਦੇ ਵਿੱਚ ਉਸੇ ਤਰ੍ਹਾਂ ਕੜਵੇ ਕੜਵੇ ਬੋਲ ਨਿਕਲਦੇ ਨੇ, ਤੇ ਇਹਦਾ ਮਤਲਬ ਕਿ ਜੇ ਤੁਹਾਡੇ ਜੀਵਨ ਦੇ ਵਿੱਚ ਉਹ ਸਮਰਥ ਦੀ ਕਮੀ ਆ, ਉਹ ਸਮਰਥ ਦੀ ਘਾਟ ਆ, ਤੇ ਅੱਜ ਉਸ ਸਮਰਥ ਨੂੰ ਆਪਣੇ ਜੀਵਨ ਦੇ ਵਿੱਚ ਲਓ ਤੇ ਉਹ ਸਾਰੀ ਚੀਜ਼ ਤੋਂ ਕੀ ਹੋ ਜਾਵੋ, ਆਜ਼ਾਦ ਹੋ ਜਾਵੋ। ਪਹਿਲਾਂ ਗ੍ਰੰਥੀਆਂ ਚਾਰ ਦੀ ਵੀ ਹੈ, ਪਰਮੇਸ਼ੁਰ ਦਾ ਰਾਜ ਗੱਲਾਂ ਵਿੱਚ ਤਾਂ ਨਹੀਂ ਸਗੋਂ ਸਮਰੱਥਾ ਵਿੱਚ ਹੈ। ਪਰਮੇਸ਼ੁਰ ਦਾ ਰਾਜ ਲਿਖਿਆ ਗਿਆ ਗੱਲਾਂ ਵਿੱਚ ਨਹੀਂ ਬਲਕਿ ਕਾਹਦੇ ਵਿੱਚ ਆ, ਸਮਰੱਥ ਦੇ ਵਿੱਚ ਆ। ਰੋਮੀਆਂ 14 ਦੀ 17 ਹਾਂਜੀ, ਕਿਉਂ ਜੋ ਪਰਮੇਸ਼ੁਰ ਦਾ ਰਾਜ ਖਾਣਾ ਪੀਣਾ ਨਹੀਂ ਸਗੋਂ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਆਨੰਦ ਹੈ। ਪਵਿੱਤਰ ਆਤਮਾ ਵਿੱਚ ਕੀ ਆ? ਸ਼ਾਂਤੀ ਤੇ ਕੀ ਆ? ਆਨੰਦ ਆ। ਇਹਦੀ 15-18-19 ਰੋਮੀਆਂ, ਕਿਉਂ ਜੋ ਮੇਰਾ ਹਿਓ ਨਹੀਂ ਪੈਂਦਾ ਜੋ ਮੈਂ ਹੋ, ਇਹਨਾਂ ਹਿੰਦੀ ਦੇ ਵਿੱਚ ਵੀ ਪੜਾਂਗੇ 15-18-19, ਕਿਉਂ ਜੋ ਮੇਰਾ ਹਿਓ ਨਹੀਂ ਪੈਂਦਾ ਜੋ ਮੈਂ ਹੋਰਨਾਂ ਕੰਮਾਂ ਦੀ ਗੱਲ ਕਰਾਂ ਬਿਨਾਂ ਉਹਨਾਂ ਦੇ ਜਿਹੜੇ ਮਸੀਹ ਨੇ। ਇੱਥੇ ਕਹਿੰਦਾ ਕਿ ਮੇਰਾ ਹਿਓ ਹੀ ਨਹੀਂ ਪੈਂਦਾ ਕਿ ਮੈਂ ਕਿਸੇ ਹੋਰ ਕੰਮ ਦੀ ਗੱਲ ਕਰਾਂ। ਹਾਂਜੀ ਪੜੋ, ਜਿਹੜੇ ਮਸੀਹ ਨੇ ਪਰਾਈਆਂ ਕੌਮਾਂ ਨੂੰ ਆਗਿਆਕਾਰ ਕਰਨ ਲਈ ਬਚਨ ਅਤੇ ਕਰਨੀ ਤੋਂ ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਮੇਰੇ ਹੱਥੀਂ ਕੀਤੇ ਹਨ, ਇੱਥੋਂ ਤੋੜੀ ਜੋ ਮੈਂ ਯਰੂਸ਼ਲਮ ਤੋਂ ਲੈ ਕੇ ਚਾਰ ਸੁਫੇਰੇ ਇਲੂ ਰੁਕਨ ਤੀਕ ਮਸੀਹ ਦੀ ਖੁਸ਼ਖਬਰੀ ਦਾ ਪੂਰਾ ਪ੍ਰਚਾਰ ਕੀਤਾ। ਕਿਉਂਕਿ ਉਨ ਬਾਤੋਂ ਕੋ ਛੋੜ ਮੁਝੇ ਔਰ ਕਿਸੀ ਬਾਤ ਕੇ ਵਿਸ਼ੇ ਮੇਂ ਕਹਿਨੇ ਕਾ ਮਨ ਨਹੀਂ ਜੋ ਮਸੀਹ ਨੇ ਅਨਯ ਜਾਤੀਓਂ ਕੀ ਅਧੀਨਤਾ ਕੇ ਲੀਏ ਵਚਨ ਔਰ ਕਰਮ ਔਰ ਚਿੰਨੋਂ ਔਰ ਅਦਭੁਤ ਕਾਮੋਂ ਕੀ ਸਾਮਰਥ ਸੇ ਔਰ ਪਵਿੱਤਰ ਆਤਮਾ ਕੀ ਸਾਮਰਥ ਸੇ ਮੇਰੇ ਹੀ ਦੁਆਰਾ ਕੀਏ। ਯਹਾਂ ਤੱਕ ਕਿ ਮੈਨੇ ਯਰੂਸ਼ਲਮ ਸੇ ਲੈ ਕੇ ਚਾਰੋਂ ਔਰ ਇਲੂਰਿਕਸ ਤੱਕ ਮਸੀਹ ਕੇ ਸੁਸਮਾਚਾਰ ਕਾ ਪੂਰਾ ਪੂਰਾ ਪ੍ਰਚਾਰ ਕੀਤਾ। ਤੋ ਇਹਦਾ ਮਤਲਬ ਕਿ ਪੌਲਸ ਯਰੂਸ਼ਲਮ ਦੇ ਵਿੱਚ ਨਹੀਂ ਬਲਕਿ ਚਾਰ ਚਫੇਰੇ ਕੀ ਬਣ ਗਿਆ, ਉਹਦਾ ਗਵਾਹ ਬਣ ਗਿਆ, ਉਹਦੀ ਸਮਰੱਥ ਦਾ ਗਵਾਹ ਬਣ ਗਿਆ, ਉਹਦੇ ਅਦਭੁਤ ਕੰਮਾਂ ਦਾ ਗਵਾਹ ਬਣ ਗਿਆ, ਉਹਦੇ ਚਿੰਨ੍ਹਾਂ ਦਾ ਗਵਾਹ ਬਣ ਗਿਆ, ਉਹਦੀ ਮਹਿਮਾ ਦਾ ਗਵਾਹ ਬਣ ਗਿਆ ਕਿ ਉਹਦੇ ਜੀਵਨ ਦੇ ਵਿੱਚ ਕਿਵੇਂ ਖੁਦਾ ਨੇ ਕੰਮ ਕੀਤਾ, ਉਹਦੇ ਜੀਵਨ ਨੂੰ ਕਿਵੇਂ ਬਦਲ ਦਿੱਤਾ, ਉਹਦੀ ਜ਼ੁਬਾਨ ਤੋਂ ਕਿਵੇਂ ਬਿਜ਼ਨਸ ਦੀਆਂ ਗੱਲਾਂ ਜਾਣੀਆਂ ਰਹੀਆਂ, ਕਿਵੇਂ ਉਹ ਬੇਸ਼ੱਕ ਇੱਕ ਅਮੀਰ ਆਦਮੀ ਸੀਗਾ, ਬਿਜ਼ਨਸਮੈਨ ਸੀਗਾ, ਪਰ ਉਹ ਸਾਰਾ ਕੁਝ ਕਿਵੇਂ ਉਹਦੀ ਜ਼ੁਬਾਨ ਤੋਂ ਖਤਮ ਹੋ ਗਿਆ, ਕਹਿੰਦਾ ਕਿ ਮੇਰਾ ਹਿਓ ਹੀ ਨਹੀਂ ਪਿਆ ਕਿ ਮੈਂ ਕਿਸੇ ਹੋਰ, ਮੇਰੀ ਜ਼ੁਬਾਨ ਤੋਂ ਕੋਈ ਹੋਰ ਗੱਲ ਨਿਕਲੇ, ਬਲਕਿ ਕਿਹੜੀ? 19 ਨੂੰ ਫਿਰ ਦੁਬਾਰੇ ਪੜੋ, ਧਿਆਨ ਨਾਲ ਸੁਣਿਓ। ਹਾਂਜੀ, ਨਿਸ਼ਾਨੀਆਂ ਅਤੇ ਕਰਾਮਾਤਾਂ ਅਤੇ ਸ਼ਕਤੀਆਂ ਨਾਲ ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਮੇਰੇ ਹੱਥੀਂ ਕੀਤੇ ਹਨ, ਇੱਥੋਂ ਤੋੜੀ ਜੋ ਮੈਂ ਯਰੂਸ਼ਲਮ ਤੋਂ ਲੈ ਕੇ ਚਾਰ ਸੁਫੇਰੇ ਇਲੂ ਰਿਕੁਨ ਤੀਕ ਮਸੀਹ ਦੀ ਖੁਸ਼ਖਬਰੀ ਦਾ ਪੂਰਾ ਪ੍ਰਚਾਰ ਕੀਤਾ। ਔਰ ਚਿੰਨੋਂ ਔਰ ਅਦਭੁਤ ਕਾਮੋਂ ਕੀ ਸਾਮਰਥ ਸੇ ਔਰ ਪਵਿੱਤਰ ਆਤਮਾ ਜਿਹੜਾ ਬਣ ਗਿਆ ਉਹ ਗਵਾਹ, ਚਿੰਨਾਂ ਦਾ ਗਵਾਹ ਬਣ ਗਿਆ, ਅਦਭੁਤ ਕੰਮਾਂ ਦਾ ਗਵਾਹ ਬਣ ਗਿਆ ਕਿ ਅਦਭੁਤ ਕੰਮਾਂ ਦੀ ਜਿਹੜੀ ਸਮਰੱਥ ਪ੍ਰਭੂ ਦੀ ਇਨਸਾਨ ਦੇ ਜੀਵਨ ਦੇ ਵਿੱਚ ਕਾਰਿਆ ਕਰ ਰਹੀ ਆ, ਉਹ ਸਮਰੱਥ ਦਾ ਗਵਾਹ ਬਣ ਗਿਆ। ਹਾਂਜੀ, ਔਰ ਪਵਿੱਤਰ ਆਤਮਾ ਕੀ ਸਾਮਰਥ, ਪਵਿੱਤਰ ਆਤਮਾ ਦੀ ਸਮਰੱਥ ਜਿਹੜੀ ਉਹਦੇ ਜੀਵਨ ਚ ਕਾਰਿਆ ਕਰ ਰਹੀ ਸੀ, ਉਹਦਾ ਗਵਾਹ ਬਣ ਗਿਆ। ਯਹਾਂ ਤੱਕ ਕਿ ਮੈਨੇ ਯਰੂਸ਼ਲਮ ਸੇ ਲੇਕਰ ਚਾਰੋਂ ਔਰ ਯਰੂਸ਼ਲਮ ਸੇ ਲੇਕਰ ਕਹਿੰਦਾ ਚਾਰ ਚਫੇਰੇ ਤੱਕ ਕੀ ਬਣ ਗਿਆ, ਮਸੀਹ ਕੇ ਸੁਸਮਾਚਾਰ ਕਾ ਪੂਰਾ ਪੂਰਾ ਪ੍ਰਚਾਰ ਕੀਆ। ਉਹ ਗਵਾਹ ਬਣ ਗਿਆ, ਹੁਣ ਉਹਦੀ ਮਹਿਮਾ ਦਾ ਪ੍ਰਚਾਰ ਕੀਤਾ, ਉਹਦੀ ਉਸਤ ਦਾ ਪ੍ਰਚਾਰ ਕੀਤਾ, ਤੇ ਅੱਜ ਤੁਹਾਡੇ ਜੀਵਨ ਦੇ ਵਿੱਚ ਵੀ ਪ੍ਰਭੂ ਜਾਂਦੇ ਨੇ ਕਿ ਤੁਸੀਂ ਧਰਤੀ ਦੇ ਬੰਨਿਆਂ ਤੱਕ ਕੀ ਹੋਵੋ, ਉਹਦੇ ਗਵਾਹ ਬਣ ਜਾਵੋ, ਉਹਦੀ ਸਮਰੱਥ ਹਾਸਲ ਕਰੋ ਤੇ ਤੁਹਾਡੇ ਜੀਵਨ ਵਿੱਚ ਉਹ ਬਦਲਾਓ ਨਜ਼ਰ ਆ ਜਾਵੇ, ਤੁਹਾਡੇ ਘਰਾਂ ਦੇ ਵਿੱਚ ਉਹ ਬਦਲਾਓ ਨਜ਼ਰ ਆ ਜਾਵੇ, ਤੁਹਾਡਾ ਪਤੀ ਵੇਖ ਕੇ ਔਰ ਤੁਹਾਡੀ ਪ੍ਰਸ਼ੰਸਾ ਕਰੇ, ਤੁਹਾਡੀ ਪਤਨੀ ਤੁਹਾਡੇ ਬਦਲੇ ਹੋਏ ਸੁਭਾਅ ਨੂੰ ਦੇਖ ਕੇ ਤੁਹਾਡੀ ਪ੍ਰਸ਼ੰਸਾ ਕਰੇ, ਤੁਹਾਡੇ ਬੱਚੇ ਤੁਹਾਡੇ ਬਦਲੇ ਹੋਏ ਸੁਭਾਅ ਨੂੰ ਦੇਖ ਕੇ ਤੁਹਾਡੀ ਪ੍ਰਸ਼ੰਸਾ ਕਰਨ, ਤੁਹਾਡੇ ਮਾਂ ਬਾਪ ਤੁਹਾਡੇ ਬਦਲੇ ਹੋਏ ਸੁਭਾਅ ਨੂੰ ਦੇਖ ਕੇ ਤੁਹਾਡੀ ਪ੍ਰਸ਼ੰਸਾ ਕਰਨ, ਕਿਉਂਕਿ ਉਹਦੀ ਸਮਰੱਥ ਉਤਰੇਗੀ ਤੇ ਤੁਹਾਡੇ ਅੰਦਰੋਂ ਉਹ ਬੁਰਾਈਆਂ ਨੂੰ ਕੀ ਕਰ ਦੇਵੇਗੀ, ਖਤਮ ਕਰ ਦੇਵੇਗੀ, ਜਲਾ ਕੇ ਰਾਖ ਕਰ ਦੇਵੇਗੀ। ਕਿਉਂਕਿ ਸੁੱਕੀਆਂ ਹੱਡੀਆਂ ਨੂੰ ਕਿਹਾ ਗਿਆ ਕਿ ਹੇ ਸੁੱਕੀਓ ਹੱਡੀਓ ਕੀ ਸੁਣੋ, ਪਰਮੇਸ਼ਰ ਦਾ ਵਚਨ ਸੁਣੋ,
ਅੱਜ ਤੁਸੀਂ ਵੀ ਉਹਦੇ ਵਚਨ ਦੇ ਉੱਤੇ ਧਿਆਨ ਲਗਾਓ, ਉਹਦੇ ਵਚਨ ਦੇ ਉੱਤੇ ਆਪਣਾ ਕੰਨ ਲਗਾਓ, ਕਿਉਂਕਿ ਜੇ ਤੁਹਾਡਾ ਦਿਲ ਉਹ ਤੋਂ ਦੂਰ ਆ, ਯਿਸੂ ਮਸੀਹ ਨੇ ਕਿਹਾ ਕਿ ਇਹਨਾਂ ਦੇ ਦਿਲ ਮੇਰੇ ਤੋਂ ਕੀ ਨੇ, ਦੂਰ ਨੇ, ਇਹ ਹੋਠਾਂ ਤੋਂ ਹੀ ਮੇਰੀ ਪ੍ਰਸ਼ੰਸਾ ਕਰਦੇ ਨੇ, ਇਹ ਹੋਠਾਂ ਤੋਂ ਹੀ ਮੇਰੀ ਮਹਿਮਾ ਕਰਦੇ ਨੇ, ਪਰ ਇਹਨਾਂ ਨੇ ਦਿਲ ਵਚਨ ਤੋਂ ਕੀ ਕੀਤੇ ਹੋਏ ਨੇ, ਦੂਰ ਕੀਤੇ ਹੋਏ ਨੇ, ਇਹਨਾਂ ਦੇ ਹਿਰਦੇ ਕੀ ਨੇ, ਕਠੋਰ ਹਿਰਦੇ ਨੇ। ਅੱਜ ਜਿੰਨਾ ਚਿਰ ਤੁਸੀਂ ਹਿਰਦਿਆਂ ਨੂੰ ਕਠੋਰ ਰੱਖੋਗੇ ਤੇ ਸੁੱਕੀਆਂ ਹੱਡੀਆਂ ਦੀ ਤਰ੍ਹਾਂ ਕੀ ਰਹੋਗੇ, ਕਿਉਂਕਿ ਸੁੱਕੀਆਂ ਹੱਡੀਆਂ ਦੇ ਵਿੱਚੋਂ ਕੀ ਆਉਂਦੀ ਆ, ਆਵਾਜ਼ ਆਉਂਦੀ ਆ, ਜਿਨ੍ਹਾਂ ਦੇ ਉੱਤੇ ਨਸਾਂ ਆ ਜਾਂਦੀਆਂ ਨੇ, ਮਾਸ ਆ ਜਾਂਦਾ ਵਾ, ਤੇ ਨਸਾਂ ਤੇ ਮਾਸ ਟਕਰਾਇਆ ਜਾਵੇ ਤੇ ਕਦੀ ਵੀ ਆਵਾਜ਼ ਨਹੀਂ ਆਉਂਦੀ। ਅੱਜ ਇਹ ਆਵਾਜ਼ ਤੁਸੀਂ ਜਾਣਦੇ ਜੇ ਕਿ ਬੰਦ ਹੋ ਜਾਵੇ, ਤੇ ਅੱਜ ਹੀ ਇਹ ਨਹੀਂ ਕਿ ਤੁਸੀਂ ਸੰਗਤ ਦੇ ਵਿੱਚ ਆਣ ਕੇ ਸਿਰਫ ਦੁਆ ਕਰਾਉਣੀ ਆ, ਘਰ ਦੇ ਵਿੱਚ ਵੀ ਇੱਕ ਨਿਯਮ ਬੰਨੋ, ਘਰ ਦੇ ਵਿੱਚ ਵੇਦੀ ਬਣਾਓ, ਹਰ ਰੋਜ਼ ਸੁਬਹ ਸ਼ਾਮ ਦੁਆ ਦੇ ਵਿੱਚ ਬੈਠੋ, ਦੁਆ ਦੇ ਵਿੱਚ ਬੈਠੋਗੇ, ਕਿਉਂਕਿ ਇਹ ਚੇਲੇ ਪ੍ਰਾਰਥਨਾ ਵਿੱਚ ਬੈਠ ਗਏ ਤੇ ਸਮਰਥ ਇਹਨਾਂ ਦੇ ਜੀਵਨ ਦੇ ਵਿੱਚ ਕੀ ਹੋ ਗਈ, ਉੱਤਰ ਆਈ, ਸਮਰਥ ਇਹਨਾਂ ਦੇ ਜੀਵਨ ਦੇ ਵਿੱਚ ਉੱਤਰ ਆਈ, ਫਿਰ ਇਹ ਉਹ ਬੋਲਣ ਲੱਗੇ ਜੋ ਪਵਿੱਤਰ ਆਤਮਾ ਨੇ ਇਹਨਾਂ ਨੂੰ ਕੀ ਕੀਤਾ, ਬੋਲਣ ਦਿੱਤਾ। ਤੇ ਅੱਜ ਤੁਹਾਡੇ ਜੀਵਨ ਨੂੰ ਵੀ ਖੁਦਾ ਬਦਲਣਾ ਚਾਹੁੰਦਾ, ਤੁਹਾਡੇ ਬੁਰੇ ਸੁਭਾਵਾਂ ਨੂੰ ਬਦਲਣਾ ਚਾਹੁੰਦਾ, ਤੁਹਾਡੇ ਬੁਰੇ ਖਿਆਲਾਂ ਨੂੰ ਬਦਲਣਾ ਚਾਹੁੰਦਾ, ਬੁਰੀਆਂ ਸੋਚਾਂ ਨੂੰ ਬਦਲਣਾ ਚਾਹੁੰਦਾ, ਤੁਹਾਡੀ ਜ਼ੁਬਾਨ ਦੇ ਉੱਤੇ ਉਹ ਮਿਠਾਸ ਲੈ ਕੇ ਆਉਣਾ ਚਾਹੁੰਦਾ। ਅੱਜ ਇਹ ਘੁਟਣਿਆਂ ਦੇ ਵਾਲ ਆ ਜਾਵੋ ਤੇ ਉਸ ਸਮਰਥ ਨੂੰ ਪਾਓ, ਕਿਉਂਕਿ ਸੁੱਕੀਆਂ ਹੱਡੀਆਂ ਨੇ ਆਵਾਜ਼ ਸੁਣੀ ਤੇ ਨਸਾਂ ਆ ਗਈਆਂ, ਔਰ ਮਾਸ ਆ ਗਿਆ, ਔਰ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਗਈਆਂ। ਇੱਕ ਸਮਾਂ ਸੀ ਉਹ ਬੇਆਸ ਸੀ, ਉਹਨਾਂ ਨੂੰ ਕੋਈ ਆਸ ਨਹੀਂ ਸੀ, ਉਹਨਾਂ ਨੇ ਕਿਹਾ ਕਿ ਅਸੀਂ ਸੁੱਕੀਆਂ ਹੋਈਆਂ ਆ, ਸਾਡੇ ਵਾਸਤੇ ਕੋਈ ਆਸ ਨਹੀਂ ਆ, ਅਸੀਂ ਏਦਾਂ ਸੁੱਕੀਆਂ ਦੀਆਂ ਸੁੱਕੀਆਂ ਰਹਿਣਾ, ਅਸੀਂ ਕਦੇ ਵੀ ਜਿਉਂਦੇ ਜੀ ਆਪਣੇ ਪੈਰਾਂ ਤੇ ਖਲੋ ਨਹੀਂ ਸਕਦੀਆਂ। ਪਰ ਖੁਦਾ ਦੇ ਵਚਨ ਨੂੰ ਸੁਣਿਆ, ਖੁਦਾ ਦੀ ਆਵਾਜ਼ ਨੂੰ ਸੁਣਿਆ ਤੇ ਉਹ ਆਪਣੇ ਪੈਰਾਂ ਦੇ ਉੱਤੇ ਕੀ ਹੋ ਗਈਆਂ, ਖਲੋ ਗਈਆਂ ਤੇ ਜਿਉਂਦੀ ਜਾਨ ਹੋ ਗਈਆਂ। ਅੱਜ ਖੁਦਾ ਤੁਹਾਨੂੰ ਵੀ ਤੁਹਾਡੇ ਪੈਰਾਂ ਤੇ ਖੜਾ ਕਰਨਾ ਚਾਹੁੰਦਾ, ਤੁਸੀਂ ਬੇਆਸ ਹੋ ਸਕਦੇ ਜੀ, ਤੁਹਾਨੂੰ ਜਿਉਂਦੀ ਜਾਨ ਕਰਨਾ ਚਾਹੁੰਦਾ, ਤੁਹਾਡੇ ਵਿੱਚ ਆਵਾਜ਼ਾਂ ਆ ਸਕਦੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ, ਪਰ ਇਹ ਸਭ ਆਵਾਜ਼ਾਂ ਬੰਦ ਹੋ ਜਾਣਗੀਆਂ ਤੇ ਫਿਰ ਉਹ ਆਵਾਜ਼ਾਂ ਨਿਕਲਣਗੀਆਂ ਜੋ ਖੁਦਾ ਦੀ ਮਹਿਮਾ ਵਾਲੀਆਂ ਆਵਾਜ਼ਾਂ ਹੋਣਗੀਆਂ, ਸ਼ਾਂਤੀ ਵਾਲੀਆਂ ਆਵਾਜ਼ਾਂ ਹੋਣਗੀਆਂ, ਜਿੱਤ ਵਾਲੀਆਂ ਆਵਾਜ਼ਾਂ ਹੋਣਗੀਆਂ, ਉਹਦੀ ਉਸਤਤ ਵਾਲੀਆਂ ਆਵਾਜ਼ਾਂ ਹੋਣਗੀਆਂ। ਤੇ ਅੱਜ ਜਿਵੇਂ ਯਿਸੂ ਮਸੀਹ ਨੇ ਕਿਹਾ ਕਿ ਜਿਹੋਨਾਂ ਨੇ ਤਾਂ ਤੁਹਾਨੂੰ ਪਾਣੀ ਨਾਲ ਬਾਪਤਿਸਮਾ ਦਿੱਤਾ, ਮੈਂ ਤੁਹਾਨੂੰ ਕਾਹਦੇ ਨਾਲ ਦੇਵਾਂਗਾ, ਪਵਿੱਤਰ ਆਤਮਾ ਦੇ ਨਾਲ। ਉਹ ਅੱਜ ਤੁਹਾਨੂੰ ਸਮਰਥ ਦੇ ਨਾਲ ਬਾਪਤਿਸਮਾ ਦੇਣਾ ਚਾਹੁੰਦਾ, ਉਹ ਤੁਹਾਨੂੰ ਆਪਣੀ ਸਮਰਥ ਦੇ ਨਾਲ ਭਰਨਾ ਚਾਹੁੰਦਾ, ਕਿਉਂਕਿ ਉਹ ਤੁਹਾਨੂੰ ਬੇਚੈਨੀ ਦੇ ਵਿੱਚ ਦੇਖਣਾ ਨਹੀਂ ਚਾਹੁੰਦਾ, ਉਹ ਤੁਹਾਨੂੰ ਟੈਨਸ਼ਨਾਂ ਦੇ ਵਿੱਚ ਦੇਖਣਾ ਨਹੀਂ ਚਾਹੁੰਦਾ, ਉਹ ਚਾਹੁੰਦਾ ਕਿ ਤੁਹਾਡਾ ਜੀਵਨ ਸ਼ਾਂਤੀ ਨਾਲ ਭਰਿਆ ਹੋਵੇ, ਉਹ ਭਰਪੂਰ ਜੀਵਨ ਆਜ਼ਮਾਦੋ ਸੀਲੇ ਭਰਪੂਰ ਹੋਵੇਗਾ, ਕਿਉਂਕਿ ਪਵਿੱਤਰ ਆਤਮਾ ਆਵੇਗਾ ਤੇ ਤੁਹਾਡਾ ਜੀਵਨ ਸ਼ਾਂਤੀ ਦੇ ਨਾਲ ਭਰਪੂਰ ਹੋਵੇਗਾ, ਜਿੱਤ ਦੇ ਨਾਲ ਭਰਪੂਰ ਹੋਵੇਗਾ। ਇਹ ਦੁਆ ਜਿਹੜੀ 5-10 ਮਿੰਟ ਹੁੰਦੀ ਹੈ, ਇਹ ਤੇ ਸ਼ੈਤਾਨ ਜੇ ਕਹੀਏ ਕਿ ਆ ਉਹ ਤੇ ਇੰਨੀ ਚਾਨਣੀ ਨੂੰ ਪਾਰ ਕਰ ਦਿੰਦਾ ਹਨਾ, ਆਹ ਜਿਹੜੀ ਪਰਦਾ ਉੱਥੇ ਲੱਗਾ, ਫਿਰ ਤੁਹਾਡੀ ਦੁਆ ਕਿੱਥੇ ਪਹੁੰਚਣੀ ਚਾਹੀਦੀ ਆ, ਉਹਦੇ ਹਜ਼ੂਰ, ਕਿਉਂਕਿ ਅੱਧਾ ਘੰਟਾ 15 ਮਿੰਟ ਤੇ ਇਨਸਾਨ ਦੇ ਸੋਚਾਂ ਖਿਆਲਾਂ ਇੱਧਰ ਉੱਧਰ ਹੀ ਘੁੰਮਦੀਆਂ ਰਹਿੰਦੀਆਂ ਨੇ। ਜਿੰਨਾ ਚਿਰ ਤੁਹਾਡੇ ਉੱਤੇ ਸਮਰਥ ਨਾ ਹੋਵੇ ਉਹਨਾਂ ਚਿਰ ਕੀ ਕਰੋ, ਘੁਟਣਿਆਂ ਤੇ ਰਹੋ, ਕਿ ਸਮਰਥ ਆਵੇਗੀ ਤੇ ਸ਼ਾਂਤੀ ਨਾਲ ਕੀ ਕਰੇਗੀ ਭਰੇਗੀ। ਬੜੇ ਲੋਕ ਡਿਪਰੈਸ਼ਨ ਦੀ ਦਵਾਈ ਖਾਂਦੇ ਨੇ, ਟੈਨਸ਼ਨਾਂ ਦੇ ਵਾਸਤੇ ਗੋਲੀਆਂ ਰੱਖੀਆਂ ਹੁੰਦੀਆਂ ਡੱਬੀਆਂ ਦੀਆਂ ਡੱਬੀਆਂ, ਕੁਛ ਕਰਨ ਦੀ ਜ਼ਰੂਰਤ ਨਹੀਂ, ਘੁਟਣਿਆਂ ਦੇ ਵਾਲ ਆ ਜਾਵੋ, ਅੱਧਾ ਘੰਟਾ ਪਾਕਰ ਵਿੱਚ ਦਵਾ ਕਰ ਲਵੋ, ਉਸੇ ਵੇਲੇ ਕੀ ਹੋ ਜਾਵੇਗੀ, ਸ਼ਾਂਤੀ ਆ ਜਾਵੇਗੀ, ਉਸੇ ਵੇਲੇ ਬੇਚੈਨੀ ਖਤਮ ਹੋ ਜਾਵੇਗੀ, ਉਸੇ ਵੇਲੇ ਪਰੇਸ਼ਾਨੀ ਖਤਮ ਹੋ ਜਾਵੇਗੀ, ਕਿਉਂਕਿ ਇਹ ਸਭ ਸਮਰਥ ਦੀ ਕਮੀ ਦੇ ਕਰਕੇ ਆ, ਸਮਰਥ ਦੀ ਘਾਟ ਦੇ ਕਰਕੇ ਆ। ਤੇ ਅੱਜ ਉਹ ਸਮਰਥ ਨੂੰ ਆਪਣੇ ਜੀਵਨ ਦੇ ਵਿੱਚ ਲਾਓ ਤਾਂ ਕਿ ਤੁਸੀਂ ਸ਼ਾਂਤੀ ਨਾਲ ਭਰ ਜਾਵੋ, ਤੁਹਾਡੀ ਜ਼ੁਬਾਨ ਦੇ ਉੱਤੋਂ ਹੋਰ ਭਾਸ਼ਾ ਨਿਕਲਣੀਆਂ ਸ਼ੁਰੂ ਹੋ ਜਾਣ, ਤੁਹਾਡੀ ਲੈਂਗੁਏਜ ਚੇਂਜ ਹੋ ਜਾਵੇ, ਉਹ ਗਾਲਾਂ ਜਾਂਦੀਆਂ ਰਹਿਣ, ਝੂਠ ਜਾਂਦਾ ਰਹੇ, ਚੁਗਲੀ ਜਾਂਦੀ ਰਹੇ, ਨਿੰਦਿਆ ਜਾਂਦੀ ਰਹੇ, ਈਰਸ਼ਾ ਜਾਂਦੀ ਰਹੇ, ਕੜਵੇ ਕੜਵੇ ਬੋਲ ਜਾਂਦੇ ਰਹਿਣ, ਤੇ ਤੁਹਾਡੀ ਜ਼ੁਬਾਨ ਤੁਹਾਡੇ ਘਰ ਪਿਆਰ ਦੇ ਨਾਲ ਭਰ ਜਾਣ, ਏਕਤਾ ਦੇ ਨਾਲ ਕੀ ਹੋ ਜਾਣ ਭਰ ਜਾਣ, ਹੱਡੀ ਆਪਣੀ ਹੱਡੀ ਦੇ ਨਾਲ ਕੀ ਹੋ ਜਾਵੇ, ਜੁੜ ਜਾਵੇ। ਹੱਡੀ ਜੁੜਨ ਤੋਂ ਭਾਵ ਆ ਕਿ ਕੀ ਹੋ ਜਾਵੇਗੀ, ਫਿਰ ਪਿਆਰ ਆ ਜਾਵੇਗਾ। ਇਹ ਜਦੋਂ ਕਲੀਸੀਆਂ ਵਾਂ ਸਮਰਥ ਦੇ ਵਿੱਚ ਆ ਜਾਣਗੀਆਂ, ਇਹ ਸਾਰੇ ਖਾਦਮ ਲੋਕ ਜਦੋਂ ਪੂਰੀ ਸਮਰਥ ਦੇ ਵਿੱਚ ਆ ਜਾਣਗੇ, ਫਿਰ ਸਾਰਿਆਂ ਦੇ ਵਿੱਚ ਕੀ ਆ ਜਾਵੇਗੀ, ਏਕਤਾ ਆ ਜਾਵੇਗੀ। ਇਹ ਜਦੋਂ ਹੜ ਆਉਂਦੇ ਨੇ, ਬਲੱਡ ਜਦੋਂ ਆਉਂਦੇ ਨੇ, ਤੇ ਜਦੋਂ ਪਾਣੀ ਪਾਣੀ ਹੁੰਦਾ, ਫਿਰ ਉਦੋਂ ਫਿਰ ਇਹ ਨਹੀਂ ਨਜ਼ਰ ਆਉਂਦਾ ਕਿ ਧਿਆਨ ਸਿੰਘ ਦੀ ਪੈਲੀ ਕਿਹੜੀ ਆ ਤੇ ਕਰਮ ਸਿੰਘ ਦੀ ਪੈਲੀ ਕਿਹੜੀ ਆ, ਫਿਰ ਕਿਸੇ ਦਾ ਵੱਟ ਬੰਨਾ ਨਜ਼ਰ ਨਹੀਂ ਆਉਂਦਾ, ਫਿਰ ਕੀ ਨਜ਼ਰ ਆਉਂਦਾ, ਪਾਣੀ ਪਾਣੀ ਨਜ਼ਰ ਆਉਂਦਾ ਆ।
ਤੇ ਜਦੋਂ ਪਵਿੱਤਰ ਆਤਮਾ ਦੀ ਸਮਰਥ ਤੁਹਾਡੇ ਵਿੱਚ ਆ ਗਈ ਫਿਰ ਏਕਤਾ ਹੀ ਏਕਤਾ ਹੋਵੇਗੀ ਤੇ ਪਿਆਰ ਹੀ ਪਿਆਰ ਹੋਵੇਗਾ, ਸ਼ਾਂਤੀ ਸ਼ਾਂਤੀ ਹੋਵੇਗੀ, ਫਿਰ ਕਲੀਸਿਯਾਵਾਂ ਦੇ ਵਿੱਚੋਂ ਵੀ ਫੁੱਟ ਖਤਮ ਹੋ ਜਾਵੇਗੀ, ਕਿਉਂਕਿ ਸਮਰਥ ਫੁੱਲਾਂ 'ਚ ਸਾਰਾ ਕੁਛ ਕੀ ਕਰ ਦਿੰਦੀ ਆ, ਇੱਕ ਕਰ ਦਿੰਦੀ ਆ। ਪਾਣੀ ਦਾ ਹਾੜ ਜਦੋਂ ਆਉਂਦਾ ਫਿਰ ਸਾਰਾ ਕੁਛ ਕੀ ਕਰ ਦਿੰਦਾ, ਇੱਕ ਕਰ ਦਿੰਦਾ, ਫਿਰ ਏਕਤਾ ਹੀ ਏਕਤਾ, ਫਿਰ ਪਾਣੀ ਹੀ ਪਾਣੀ ਨਜ਼ਰ ਆਵੇਗਾ। ਤੇ ਪਵਿੱਤਰ ਆਤਮਾ ਦੀ ਅੱਗ, ਤਾਂ ਹੀ ਯਿਸੂ ਮਸੀਹ ਨੇ ਕਿਹਾ ਸੀਗਾ ਕਿ ਮੈਂ ਚਾਹੁੰਦਾ ਸੀਗਾ, ਮੈਂ ਅੱਗ ਲਗਾਉਣ ਵਾਸਤੇ ਆਇਆ ਸੀਗਾ, ਮੈਂ ਚਾਹੁੰਦਾ ਸੀ। ਹੁਣ ਤੱਕ ਕੀ ਲੱਗ ਚੁੱਕੀ ਹੁੰਦੀ? ਅੱਗ ਲੱਗ ਚੁੱਕੀ ਹੁੰਦੀ। ਮੈਂ ਅੱਗ ਲਗਾਉਣ ਵਾਸਤੇ ਆਇਆ ਸੀ, ਉਹ ਅੱਗ ਸਮਰਥ ਦੀ ਅੱਗ ਲੱਗੇਗੀ ਤੇ ਫਿਰ ਏਕਤਾ ਦੀ ਅੱਗ ਵੀ ਕੀ ਹੋ ਜਾਵੇਗੀ? ਲੱਗ ਜਾਵੇਗੀ। ਫਿਰ ਪਿਆਰ ਦੀ ਅੱਗ ਵੀ ਕੀ ਹੋ ਜਾਵੇਗੀ? ਲੱਗ ਜਾਵੇਗੀ। ਤੇ ਅੱਜ ਸਮਰਥ ਨੂੰ ਆਪਣੇ ਜੀਵਨਾਂ ਵਿੱਚ ਹਾਸਲ ਕਰੋ ਤਾਂ ਕਿ ਤੁਹਾਡੇ ਜੀਵਨ ਸਮਰਥੀ ਜੀਵਨ ਹੋ ਕੇ ਇੱਕ ਜੇਤੂ ਜੀਵਨ ਹੋ ਜਾਣ, ਔਰ ਸ਼ਾਂਤੀ ਨਾਲ ਜੀਵਨ ਭਰ ਜਾਣ, ਜਿੱਤ ਨਾਲ ਜੀਵਨ ਭਰ ਜਾਣ, ਔਰ ਤੁਹਾਡੇ ਜੀਵਨਾਂ ਤੋਂ ਉਹਦੀ ਮਹਿਮਾ ਪ੍ਰਗਟ ਹੋ ਜਾਵੇ। ਫਿਰ ਤੁਸੀਂ ਯਰੂਸ਼ਲਮ ਔਰ ਸਾਰੇ ਯਹੂਦੀਆ ਸਾਮਰੀਆ ਯਰੂਸ਼ਲਮ ਬਲਕਿ ਧਰਤੀ ਦੇ ਬੰਨਿਆਂ ਤੱਕ ਕੀ ਹੋ ਜਾਵੋ? ਉਹਦੇ ਗਵਾਹ ਹੋ ਜਾਵੋ ਕਿ ਉਹਦੇ ਤੁਹਾਡੇ ਜੀਵਨ ਨੂੰ ਬਦਲ ਦਿੱਤਾ, ਤੁਹਾਡੇ ਘਰਾਂ ਨੂੰ ਬਦਲ ਦਿੱਤਾ, ਸ਼ਾਂਤੀ ਨਾਲ ਭਰ ਦਿੱਤਾ, ਪਿਆਰ ਦਾ ਭਰ ਦਿੱਤਾ, ਜਿੱਤ ਨਾਲ ਭਰ ਦਿੱਤਾ। ਫਿਰ ਤੁਹਾਡੇ ਜੀਵਨਾਂ ਦੇ ਵਿੱਚੋਂ ਵੀ ਕੀ ਹੋਵੇਗੀ? ਉਹਦੀ ਮਹਿਮਾ ਹੋਵੇਗੀ। ਅੱਜ ਤੁਸੀਂ ਸੁੱਕੀਆਂ ਹੱਡੀਆਂ ਦੀ ਤਰ੍ਹਾਂ ਹੋ ਸਕਦੇ ਜੇ, ਪਰ ਉਹਦਾ ਵਚਨ ਸੁਣੋ। ਹਿਜਕੀਆ ਨੇ ਕਿਹਾ ਕਿ ਆਏ ਸੁੱਕੀਓ ਹੱਡੀਓ, ਯਹੋਵਾ ਦਾ ਕੀ ਸੁਣੋ? ਵਚਨ ਸੁਣੋ। ਇਹ ਵਚਨ ਤੁਹਾਨੂੰ ਤਰੋ ਤਾਜ਼ਾ ਕਰ ਦੇਵੇਗਾ, ਤੁਹਾਨੂੰ ਨਵਾਂ ਕਰ ਦੇਵੇਗਾ, ਤੁਹਾਨੂੰ ਬਲ ਨਾਲ ਭਰਪੂਰ ਕਰ ਦੇਵੇਗਾ। ਇਹਦੇ 'ਤੇ ਧਿਆਨ ਲਗਾਓ ਅਤੇ ਅੱਜ ਹੀ ਤੁਹਾਡੇ ਜੀਵਨ ਨੂੰ ਖੁਦਾ ਕੀ ਕਰ ਦੇਵੇਗਾ? ਸਮਰਥ ਦੇ ਨਾਲ ਭਰ ਦੇਵੇਗਾ, ਕਿਉਂਕਿ ਉਹਦਾ ਵਾਅਦਾ ਕਿ ਤੁਸੀਂ ਕੀ ਪਾਓਗੇ? ਸਮਰਥ ਪਾਓਗੇ। ਕਿਸੇ ਇੱਕ ਦੇ ਨਾਲ ਵਾਅਦਾ ਨਹੀਂ, ਤੁਹਾਡੇ ਸਭ ਦੇ ਨਾਲ ਵਾਅਦਾ ਕਿ ਤੁਸੀਂ ਕੀ ਪਾਓਗੇ? ਸਮਰਥ ਪਾਓਗੇ ਅਤੇ ਫਿਰ ਉਹਦੇ ਗਵਾਹ ਬਣ ਜਾਓਗੇ। ਅੱਖਾਂ ਬੰਦ ਕਰਾਂਗੇ ਅਤੇ ਦੁਆ ਦੀ ਹਾਲਤ ਵਿੱਚ